ਖੇਤਰ ਦੇ ਤੁੱਕੇ ਸੀ ਹੈ ਨਾ ਜਿਹੜੇ ਵੀ ਇਹਨਾਂ ਦੇ ਹੈਗੇ ਆ ਜਾਂ ਸੱਕ ਹੈ ਇਹ ਤੋਂ ਚਮੜੀ ਦੇ ਰੋਗ ਟੀ ਬੀ ਹੋ ਗਿਆ ਹੈ ਨਾ ਅਤੇ ਬੜੀਆਂ ਜਿਹੜੀਆਂ ਔਰਤਾਂ ਦੇ ਕਈ ਗੁਪਤ ਰੋਗ ਨੇ ਉਹ ਉਹਨਾਂ ਦੇ ਇਲਾਜ ਲਈ ਇਹ ਖਾਸੇ ਮਨੁੱਖ ਦੇ ਲਈ ਜਿਹੜਾ ਦਵਾਈਆਂ ਵਾਲਾ ਜਿਹੜਾ ਕੰਪੋਨੈਂਟ ਹੈ ਹਾਲਾਂਕਿ ਬੜੇ ਦਰੱਖਤਾਂ ਦੀ ਜਿਹੜੀ ਦਾਤਣ ਹੈ ਉਹ ਲੋਕ ਕਰ ਲੈਂਦੇ ਹੈ ਨਾ ਪਰ ਜਿਹੜੇ ਜਿਵੇਂ ਟੌਪ 'ਤੇ ਆਉਂਦੇ ਆ ਉਹਨਾਂ ਦੇ ਵਿੱਚ ਨਿੰਮ ਅਤੇ ਕਿੱਕਰ ਬਹੁਤ ਆਉਂਦੇ ਸੀ ਜਿਹੜੇ ਇਹ ਦਰੱਖਤਾਂ ਦੇ ਗੁਣ ਹੈ ਜੋ ਇਹਨਾਂ ਦੇ ਵਿੱਚ ਤੱਤ ਨੇ ਇਹ ਸਾਡੇ ਇਕੱਲੇ ਦੰਦ ਨਹੀਂ ਸਾਫ਼ ਕਰਦੇ ਸਾਡੇ ਮਸੂੜੇ ਸਵਸਥ ਰਹਿੰਦੇ ਆ ਉਹਦੇ ਵਿੱਚ ਕੀੜਾ ਨਹੀਂ ਲੱਗਦਾ ਜਦੋਂ ਤੁਸੀਂ ਜਿਹੜੇ ਬੰਦੇ ਰੈਗੂਲਰਲੀ ਨਿੰਮ ਜਾਂ ਕਿੱਕਰ ਦੀ ਦਾਤਣ ਕਰਦੇ ਲੱਖਿਆਲੀ ਸਾਹਿਬ ਇਹ ਸਾਰੀ ਕਾਟੋ ਇਹ 6 ਤੋਂ ਵੱਧ ਹੋ ਗਈ ਜਿਹੜਾ ਭੁਜੀਆ ਖਾ ਰਿਹਾ ਸੀ ਕਹਿੰਦਾ ਪੈਗ ਲਾਉਂਦਾ ਹੋਇਆ ਉਹ ਜਦੋਂ ਭੁਜੀਆ ਖਤਮ ਹੋਇਆ ਥੱਲੇ ਕਹਿੰਦਾ ਇੱਕ ਤੁਹਾਡਾ ਲੇਖ ਲਿਖਿਆ ਹੋਇਆ ਆਇਆ ਸੀ ਕਿੱਕਰ 'ਤੇ ਕਹਿੰਦਾ ਉਹਦੇ 'ਤੇ ਲਿਖਿਆ ਪਿਆ ਸੀ ਵੀ ਕੱਲਾ ਨਾ ਜਾਈ ਖੇਤ ਨੂੰ ਕਿੱਕਰ ਦੇ ਕਾਟੋ ਰਹਿੰਦੀ ਕਹਿੰਦਾ ਜੀ ਵੈਸੇ ਤਾਂ ਮੈਨੂੰ ਪਤਾ ਲੱਗ ਗਿਆ ਤੁਹਾਡੇ ਕੋਲ ਸਵਾਲ ਦਾ ਜਵਾਬ ਹੈ ਨਹੀਂ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਜਦੋਂ ਜੱਟ ਦੇ 4 ਪੈਗ ਲੱਗੇ ਹੋਣ ਨਾ ਕਾਟੋ ਤਾਂ ਕੀ 6 ਵੀ ਆ ਗਏ ਕੋਈ ਚੱਕਰ ਨਹੀਂ ਸੂਹੇ ਜੇ ਚੀਰੇ ਵਾਲੇ ਆ ਫੁੱਲ ਕਿੱਕਰਾਂ ਦੇ ਕਿੱਕਰਾਂ ਲਾਈ ਬਹਾਰ ਮੇਲੇ ਮਿੱਤਰਾਂ ਦੇ ਅੱਜ ਹੁਣ ਆਪਾਂ ਮੇਲੇ ਮਿੱਤਰਾਂ ਦੇ ਵਾਲੀ ਗੱਲ ਹੀ ਆ ਸੋ ਇਹ ਜਿਹੜੇ ਤੁੱਕੇ ਇਹਨੂੰ ਲੱਗਦੇ ਆ ਹੈ ਨਾ ਅਤੇ ਅੱਜ ਕੱਲ੍ਹ ਤਾਂ ਪੌੜੀ ਹੋ ਗਿਆ ਹਰੇਕ ਚੀਜ਼ ਫਲੀ ਕਹਿਣਾ ਜਾਂ ਫਲੀ ਹੋ ਗਈ ਉਹ ਹੁਣ ਇਹ ਕਿੰਨਾ ਘੈਂਟ ਸ਼ਬਦ ਹੈ ਨਾ ਤੁੱਕੇ ਉਹਦੇ ਸਮਝ ਆ ਜਾਂਦੀ ਹੈ ਵੀ ਹਾਂ ਕਿੱਕਰ ਦੇ ਤੁੱਕਿਆਂ ਦੀ ਗੱਲ ਚੱਲਦੀ ਹੈ ਰੱਬ ਨੇ ਸੈਲਫ ਮੈਕਾਨਿਜ਼ਮ ਡਿਵੈਲਪ ਕੀਤਾ ਹੋਇਆ ਵੀ ਥੱਲੇ ਕੰਡੇ ਹੋਣਗੇ ਤਾਂ ਛੇਤੀ ਦਰਖਤ ਨੂੰ ਕੋਈ ਛੇੜੀ ਚੜੂਗਾ ਨਹੀਂ ਜਿਵੇਂ ਜਿਵੇਂ ਦਰਖਤ ਵਧੀ ਜਾਂਦਾ ਤਾਂ ਜਿਹੜੀਆਂ ਸੂਲਾਂ ਨਾ ਉੱਪਰ ਚਲੀਆਂ ਜਾਂਦੀਆਂ ਬੋਟ ਹੁੰਦੇ ਆ ਪੰਛੀਆਂ ਦੇ ਅਤੇ ਜਾਂ ਇਹਨਾਂ ਦੇ ਜਿਹੜੇ ਆਂਡੇ ਆ ਉਹਨਾਂ ਨੂੰ ਬਚਾਉਣਾ ਹੁੰਦਾ ਬਿੱਲੀਆਂ ਤੋਂ ਕੁੱਤਿਆਂ ਤੋਂ ਬਿੱਲੀ ਥਾਂ ਵੀ ਚੜ੍ਹ ਜਾਂਦੀ ਦਰਖਤ ਹੈ ਨਾ ਅਤੇ ਜਾਂ ਮਤਲਬ ਪੰਛੀ ਵੱਡੇ ਕਾਰ ਗਏ ਉਹ ਫਿਰ ਕੰਡੇ ਉਹਨਾਂ ਦੀ ਹੈਲਪ ਕਰਦੇ ਜਿਹੜੇ ਮਾਸ਼ਾਅੱਲਾ ਆਪਣੇ ਮਲਵਈ ਆ ਪੁਰਾਣੇ ਪੰਜਾਬੀ ਆ ਉਹ ਫਿਰ ਇਹਦੇ ਸੱਕ ਦਾ ਉਪਯੋਗ ਉਹਦੇ 'ਚ ਕਹੋ ਕਹਿੰਦਾ ਸੱਕ 'ਚੋਂ ਮਹਿਕ ਵੀ ਆਉਂਦੀ ਸੀ ਸ਼ੁੱਧੀ ਆ ਉਹ ਫਿਰ ਘਰ ਦੀ ਗੱਡੀ 'ਚ ਸੱਕ ਪਾਉਣਾ ਪਸੰਦ ਕਰਦੇ ਬਈ ਆਪਾਂ ਕਿੱਕਰ ਦਾ ਸੱਕ ਸੁੱਕ ਪਾ ਕੇ ਬਣਾਈਏ ਕਿਹੜੀ ਬਰਸੀਮ ਅਤੇ ਕਿਹੜੇ ਹੋਰ ਚਾਰੇ ਹੁੰਦੇ ਸੀ ਪਹਿਲਾਂ ਆਹੀ ਹੁੰਦੇ ਛਾਂਗ ਕੇ ਪਾ ਦਿੰਦੇ ਸੀਗੇ ਹੁਣ ਵੀ ਜਿਹੜੇ ਪੁਰਾਣੇ ਆ ਜਿਹੜੀ ਆ ਤੁਹਾਨੂੰ ਮਿਲਣਗੇ ਅਤੇ ਉਹ ਕਿਤੇ ਚਾਰਾ ਖਰੀਦਦੇ ਥੋੜ੍ਹਾ ਉਹ ਢੰਗ ਹੀ ਹੁੰਦੀ ਉਹਨਾਂ ਨੇ ਜਿੱਥੇ ਕਿੱਕਰ ਦੇਖੀ ਉੱਥੇ ਛਾਂਗ ਦੇਣੀ ਹੈ ਅਤੇ ਬੜਾ ਵਧੀਆ ਚਾਰਾ ਉਹਨਾਂ ਲਈ ਇਹਦੇ 'ਚ ਕਾਲੇ ਰੰਗ ਨਾਲ ਕੀ ਸੰਬੰਧ ਹੈ ਕਾਲੇ ਰੰਗ ਨਾਲ ਤਾਂ ਖਾਸੀ ਸੰਬੰਧ ਆ ਮੁੰਡਾ ਉਹ ਕਹਿੰਦੇ ਨਾ ਰੋਹੀ ਦੀ ਕਿੱਕਰ ਤੋਂ ਕਾਲਾ ਬਾਪੂ ਦੇ ਪਸੰਦ ਆ ਗਿਆ ਰੁੱਖ ਤਾਂ ਮੇਰੀ ਮਾਂ ਵਰਗੇ ਨੇ ਜਿਉ ਰੁੱਖਾਂ ਦੀਆਂ ਛਾਵਾਂ ਆਏ ਰੁੱਖ ਤਾਂ ਮੇਰੀ ਮਾਂ ਵਰਗੇ ਨੇ ਜਿਉ ਰੁੱਖਾਂ ਦੀਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਰੁੱਖ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿੱਕਰ ਦੀ ਕਿੱਕਰ ਬੜਾ ਕਮਾਲ ਦਾ ਰੁੱਖ ਹੈ ਖਾਸ ਤੌਰ ਦੇ ਉੱਤੇ ਮਾਲਵੇ ਦੇ ਵਿੱਚ ਬਹੁਤ ਜ਼ਿਆਦਾ ਪਾਇਆ ਜਾਂਦਾ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਆ ਪੀਲੇ ਰੰਗ ਦੇ ਫੁੱਲ ਲੱਗੇ ਆ ਬੜੇ ਸੋਹਣੇ ਲੱਗਦੇ ਵੇਖਣ ਨੂੰ ਸਾਡੇ ਨਾਲ ਬਾਈ ਡਾਕਟਰ ਬਲਵਿੰਦਰ ਸਿੰਘ ਲੱਖੇ ਵਾਲੀ ਬਾਈ ਮੈਂ ਤੁਹਾਡੇ ਨਾ ਡਾਕਟਰ ਦੇ ਮੂਹਰੇ ਵੀ ਬਾਈ ਲਾ ਦੇਣਾ ਨਹੀਂ ਉਹ ਫਿਰ ਬਾਈ ਦਾ ਬਾਈ ਹੁੰਦਾ ਮੈਂ ਲਾ ਵੀ ਕੀ ਹੁੰਦਾ ਆਪਣੱਤਵ ਆ ਨਾ ਜਿਹੜੀ ਉਹ ਤਾਂ ਫਿਰ ਬਾਈ ਚੋਂ ਚੱਲ ਗਈ ਹਾਂ ਬਿਲਕੁਲ ਬਾਈ ਫਿਰ ਕਿੱਕਰ ਦਾ ਕੀ ਮਾਹੌਲ ਹੈ ਕਿੱਕਰ ਦੇ ਕਾਟੋ ਰਹਿੰਦੀ ਕਿੱਕਰ ਤੇ ਕਾਟੋ ਰਹਿੰਦੀ ਆਪਾਂ ਕਿੱਕਰ ਦੀ ਤਕਨੀਕੀ ਗੱਲ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਸੁਣਾ ਇੱਕ ਦਿਨ ਰਾਤ ਨੂੰ ਮੈਂ ਬੈਠਾ ਕੁਛ ਪੜ੍ਹ ਰਿਹਾ ਸੀ ਅਤੇ ਕਿਸੇ ਸੱਜਣ ਦਾ ਫੋਨ ਆਉਂਦਾ ਹਾਂਜੀ ਅਤੇ ਕਹਿੰਦਾ ਲੱਖਿਆਲੀ ਸਾਹਿਬ ਬੋਲਦੇ ਹੋ ਮੈਂ ਕਿਹਾ ਹਾਂਜੀ ਕਹਿੰਦਾ ਬਾਈ ਜੀ ਗੁੱਸਾ ਨਾ ਕਰਿਓ ਕਹਿੰਦਾ ਦੋ ਸਮੱਸਿਆਵਾਂ ਨੇ ਮੈਂ ਕੀ ਇੱਕ ਤਾਂ ਕਹਿੰਦਾ ਟਾਈਮ ਬਹੁਤ ਹੋ ਗਿਆ ਦੂਜਾ ਕਹਿੰਦਾ ਮੇਰੇ 4 ਕੁ ਪੈਗ ਲੱਗੇ ਹੋਏ ਆ ਅੱਛਾ ਅਤੇ ਮੈਂ ਜੀ ਕੋਈ ਗੱਲ ਨਹੀਂ ਦੱਸੋ ਅਸਲ ਸਮੱਸਿਆ ਕੀ ਆ ਕਹਿੰਦਾ ਜੀ ਇੱਕ ਬਹੁਤ ਸਵਾਲ ਫਸ ਗਿਆ ਦਿਮਾਗ 'ਚ ਉਹ ਪੁੱਛਣਾ ਪੁੱਛੋ ਜਨਾਬ ਅਤੇ ਜਨਾਬ ਹੋਰਾਂ ਦੇ ਤੁਹਾਨੂੰ ਦੱਸਿਆ ਲੱਗੇ ਹੋਏ ਸੀ ਲੱਖਿਆਲੀ ਸਾਹਿਬ ਇਹ ਸਾਰੀ ਕਾਟੋ ਇਹ 6 ਤੋਂ ਵੱਧ ਹੋ ਗਈ ਮੈਂ ਸੋਚਿਆ ਵੀ ਕਾਟੋ 6 ਤੋਂ ਵੱਧ ਹੋ ਗਈ ਮੈਨੂੰ ਕਿਉਂ ਪੁੱਛ ਰਿਹਾ ਮੈਂ ਕਿਹਾ ਮੈਂ ਬਾਈ ਜੀ ਸਮਝ ਨਹੀਂ ਆਈ ਕਹਿੰਦਾ ਜੀ ਸਮਝਣਾ ਤਾਂ ਪੈਣਾ ਇਹੀ ਤਾਂ ਸਵਾਲ ਹੈ ਵੀ ਕਾਟੋ ਸਾਰੀ 6 ਤੋਂ ਵੱਧ ਹੋ ਗਈ
मैं कह जी सवाल उपजा कितों मैं ये दसो मैं माड़ा मोटा समझ आवे तो मैं समझावा कहना जी कुछ नहीं जो भुजिया खा रहा है कहना पैग लाता हो जो भुजिया खत्म होया थले कहना एक थोड़ा लेख लिखा हो किकर से कहना वो लिखा पिया कलाना जाई खेत में किकर से कट हो रही कहना मैं पहला घर वाली पूछया वो कहती हाँ ये तो साढ़े वड वडेरे कहते आए है ये तो फोक च है तो वाकई ये तो गल है भी कलाना जाई खेत में किकर से कट हो रही कहना फिर थोड़े थले थोड़ा नंबर लगे लिखा जी तो मैं सोचा भी डॉक्टर साहब नूं पुछिए भी साड़ी काटो शेर तो भी वध हो गई भी कल्ला ना जाई एडा की है मैं कह जी सेम जो थोड़ी घर वाली का जवाब आ उही मेरा जवाब आ भी सानू गां विरासत चों इह फोक मिलिया कहना जी वैसे तो मैं पता लग गया थोड़े को सवाल का जवाब है नहीं पर मैं एक गल कहना चाहना भी जो जट के चार पैग लगे हो काटो तक ही शेर भी आ जाए कोई चक्कर नहीं सो फिर तो फिर फोक बदलना पेगा भी पैग लग जाए खेत में सो कह भाव भी तुम साहित की गल की पहली तो यही है भी किकर से काट हो रही कला ना जाए खेत एक खास तौर पर जोड़े ये फुल ने है ना मैं अक्सर ही कहना मैं बड़े लोग समाज के गल करते है ना भी कोई वड्डे फुल की गल दसो है ना वड्डा वड्डा सारा फुल हो जिन्हों देख के पर खूबसूरती दे विच ना साइज मैंश मैटर नहीं करता जो हुण इहदे फुल आ देखो ऐ छोटा जिहा फुल है ना इहदे ते किन्ना कुछ इहदी जदों इह फुल इकट्ठे हो जांदे आ ते आपां देखदे आ वी पीला रंग बिखर जांदा है ना ते जदों खास करके मालवे दे आपां टिब्बे वाले इलाके दे विच ते किकरां ही बहारां लाउंदियां ने है ना ओह जिवें हैगा ना भी फुल पै गए किकरां नूं है ना ते होर भी बड़े फोक दे विच इहदा जिक्र आउंदा जदों भी फुल्लां दी गल आउंदी किकरां दे फुल्लां दी अड़िया कौण करेंदा राखी वे सूहे जे चीरे वाले आ फुल किकरां दे किकरां लाई बहार मेले मित्रां दे अज हुण आपां मेले मित्रां दे वाली गल ही आ आपदा चस पूरा करदे करदे ने किकर दी वी गल्लां कर जाणियां सो साहित दे विच किकर दा जिक्र साडे खासे स्थानां ते आउंदा फुल्लां दा खास तौर ते जिहड़ा हैगा इहदा ਇੱਕ ਅਜਬ ਨਜ਼ਾਰਾ ਹੁੰਦਾ ਜਿਹਨੂੰ ਆਨੰਦ ਲੈਣਾ ਆਉਂਦਾ ਸਹੀ ਗੱਲ ਆ ਬਈ ਬਹੁਤ ਕਮਾਲ ਬਈ ਇਹ ਆਮ ਤੌਰ 'ਤੇ ਭਲਾ ਜੇ ਕਿੱਥੇ ਜ਼ਿਆਦਾਤਰ ਹੁੰਦੀਆਂ ਇਹ ਕਿੱਥੇ ਜ਼ਿਆਦਾਤਰ ਹੁੰਦੀਆਂ ਇਹ ਖੁਸ਼ਕ ਇਲਾਕੇ ਦਾ ਰੁੱਖ ਹੈ ਇਹ ਜਿੰਨੇ ਸਾਡੇ ਅਰਬ ਕੰਟਰੀਜ਼ ਨੇ ਇਹ ਸੋਕੇ ਵਾਲੇ ਨੇ ਤੁਹਾਨੂੰ ਪਤਾ ਹੈ ਨਾ ਖੁਸ਼ਕ ਜ਼ਮੀਨਾਂ ਨੇ ਸੋਕਾ ਕਹਿ ਲਓ ਜਾਂ ਖੁਸ਼ਕ ਜ਼ਮੀਨਾਂ ਨੇ ਉਹਨਾਂ ਸਾਰਿਆਂ 'ਚ ਨੇੜੇ ਆਪਣਾ ਗੁਆਂਢੀ ਮੁਲਕ ਪਾਕਿਸਤਾਨ ਹੈ ਅਫਗਾਨਿਸਤਾਨ ਹੈ ਆਪਣਾ ਜਿਹੜਾ ਮਾਲਵਾ ਦਾ ਜਿਹੜਾ ਖਾਸ ਕਰਕੇ ਸਾਊਥ ਵੈਸਟ ਵਾਲਾ ਹੈ ਨਾ ਉਹ ਵਾਲੀ ਬੈਲਟ ਜਿਹੜੀ ਅਬੋਹਰ ਮਲੋਟ ਮੁਕਤਸਰ ਬਠਿੰਡਾ ਇਹ ਸਾਰਾ ਏਰੀਆ ਇਹ ਕਿੱਕਰਾਂ ਦਾ ਹਾਲਾਂਕਿ ਕਿੱਕਰ ਤੁਹਾਨੂੰ ਆਏ ਨਹੀਂ ਹੈਗਾ ਵੀ ਇੱਧਰ ਹੀ ਦਿਖਦੀ ਆ ਜੇ ਤੁਸੀਂ ਪਠਾਨਕੋਟ ਵੀ ਜਾਓਗੇ ਉੱਥੇ ਵੀ ਕਿੱਕਰ ਦਿਖ ਜਾਂਦੀ ਪਰ ਜਿਹੜੀ ਕਿੱਕਰ ਦੀ ਬਹੁਤ ਆਤ ਹੈ ਕਿੱਕਰ ਸਾਡੇ ਸਾਹਿਤ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਜਿੱਥੇ ਪਹੁੰਚੀ ਆ ਉਹ ਇਹ ਵਾਲੀ ਜਿਹੜੀ ਖੁਸ਼ਕ ਇਲਾਕੇ ਦੀ ਜਿਹੜੀ ਬੈਲਟ ਹੈ ਔਰ ਬੇਸਿਕਲੀ ਜਦੋਂ ਅਸੀਂ ਪੁਰਾਣੇ ਮੈਨੂੰ ਮੇਰੀ ਕਿੱਕਰ ਨਾਲ ਜਿਹੜੀ ਸਭ ਤੋਂ ਸਾਂਝ ਜਿਹੜੀ ਪਹਿਲਾ ਰੁੱਖ ਆ ਨਾ ਜਿਹੜਾ ਹੈ ਨਾ ਉਹ ਕਿੱਕਰ ਨਾਲ ਮੇਰੀ ਸਾਂਝ ਆ ਪਿੰਡ ਆਪਣੇ ਲੱਖੇ ਵਾਲੀ ਜਿਹੜਾ ਘਰ ਹੁੰਦਾ ਸੀ ਹੈ ਨਾ ਤਾਂ ਉਹ ਆਪਣੇ ਦਰਾਂ 'ਚ ਬਹੁਤ ਵੱਡੀ ਕਿੱਕਰ ਹੁੰਦੀ ਸੀ ਅਤੇ ਉਹ ਜਦੋਂ ਵੀ ਆਹ ਤੀਆਂ ਦਾ ਸਮਾਂ ਸੁਮਾਂ ਆਉਣਾ ਹੈ ਨਾ ਅਤੇ ਬਾਪੂ ਨੇ ਉਹ ਲਾਸ ਹੁੰਦੀ ਸੀ ਘਰੇ ਅਤੇ ਉਹ ਆਪਾਂ ਨੂੰ ਵੀ ਪੀਂਘ ਝੂਟਣ ਨੂੰ ਮੌਕਾ ਮਿਲ ਜਾਂਦਾ ਸੀ ਨਾ ਉੱਥੇ ਉਹ ਪੀਂਘ ਪਾ ਦੇਣੀ ਹੁੰਦੀ ਸੀ ਵੀ ਜਿਹੜੇ ਆਲ੍ਹਣਾ ਪਾਉਣ ਆਉਂਦੇ ਸੀ ਤਾਂ ਉਹ ਜਿਹੜਾ ਪਹਿਲਾ ਰੁੱਖ ਜਿਹੜਾ ਸੀਗਾ ਵੀ ਉਹ ਹੁਣ ਤਾਂ ਲੋਕ ਮਤਲਬ ਕਿੱਕਰ ਤਾਂ ਬਹੁਤ ਵੱਡੀ ਆ ਤੂਤ ਲਾਉਣ ਤੋਂ ਵੀ ਡਰਦੇ ਆ ਵੀ ਇਹ ਗੰਦ ਪਾਉਂਦਾ ਹੈ ਨਾ ਅਤੇ ਪਹਿਲਾਂ ਆਪਣੇ ਘਰਾਂ ਦੇ ਵਿੱਚ ਖੇਤਾਂ ਦੇ ਵਿੱਚ ਮਤਲਬ ਰਸਤਿਆਂ ਦੇ ਕਿੱਕਰ ਯਾਰ ਕਿੱਕਰ ਕੋਈ ਆਏ ਤਾਂ ਹੈ ਨਹੀਂ ਸੀਗੀ ਪਲੈਨ ਕਰਕੇ ਲਾਉਂਦਾ ਇਹ ਤੁੱਕਿਆਂ ਤੋਂ ਅੱਗੇ ਦੀ ਅੱਗੇ ਵੀ ਪੰਛੀ ਖਿਲਾਰ ਦਿੰਦੇ ਸੀ ਜਾਨਵਰ ਖਿਲਾਰ ਦਿੰਦੇ ਸੀ ਇੱਧਰ ਉੱਧਰ ਉੱਡ ਕੇ ਚਲਾ ਜਾਂਦਾ ਸੀ ਉੱਥੋਂ ਅੱਗੇ ਆਉਂਦੀਆਂ ਸੀ ਜ਼ਿਆਦਾਤਰ ਵਾਧਾ ਇਹਨਾਂ ਦਾ ਹੀ ਹੁੰਦਾ ਸੀ ਬਈ ਇਹ ਤੁਸੀਂ ਕਿਹਾ ਵੀ ਗੰਦ ਪਾਉਂਦੀਆਂ ਮੈਨੂੰ ਲੱਗਦਾ ਤੇ ਤੁਸੀਂ ਦੇਖੋ ਫੁੱਲ ਕਿੰਨੇ ਸੋਹਣੇ ਲੱਗੇ ਜਾਂਦੇ ਥੱਲੇ ਬਈ ਇਹ ਮਾਨਸਿਕਤਾ ਹੈ ਹਾਂ ਇਹ ਤੁਹਾਡੀ ਸੋਚ ਹੈ ਹਨਾ ਹੁਣ ਲੋਕ ਕੁਛ ਲੋਕਾਂ ਨੂੰ ਉਹ ਆ ਕੇ ਵੀ ਸ਼ੀਸ਼ੇ ਲੱਗੇ ਘਰ ਹੋਣ ਹਵਾਦਾਰ ਦਾਨ ਪ੍ਰਦਾਨ ਵੀ ਨਾ ਹੁੰਦਾ ਹੋਵੇ ਉਹ ਐਂ ਲੱਗਦਾ ਕਿ ਹਾਂ ਆਹ ਬਣਿਆ ਲਗਜ਼ਰੀ ਸਟਾਈਲ ਵਿਲਾ ਹੈ ਨਾ ਉੱਥੇ ਬੈਠਿਆ ਆਪਣੇ ਵਰਗੇ ਨੂੰ ਆਹ ਹੁਣ ਪਿੱਛੇ ਪਾਣੀ ਹੈ ਉੱਤੇ ਹਵਾ ਮਤਲਬ ਪੀਲੇ ਖਿੜਿਆ ਹੋਈ ਕਿੱਕਰ ਆ ਸੋਹਣੀ ਹਵਾ ਚੱਲੀ ਜਾਂਦੀ ਹੋਰ ਅੰਬ ਲੈਣੇ ਬਈ ਇਹਨੂੰ ਹੋਰ ਕੀ ਨਾਮ ਇਹਦੇ ਹੋਰ ਇਹਨੂੰ ਬੇਸਿਕਲੀ ਜਦੋਂ ਪੰਜਾਬ 'ਚ ਤਾਂ ਜਿਵੇਂ ਇਹਨੂੰ
ਕਿੱਕਰ ਕਹਿ ਦਿੰਦੇ ਆ ਅੱਜ ਕੱਲ੍ਹ ਲੋਕ, ਇੱਕ ਟਰੈਂਡ ਆ ਵੀ ਹਰ ਚੀਜ਼ ਦੇ ਨਾਲ ਦੇਸੀ ਵੀ ਲਾ ਦਿੰਦੇ ਆ ਨਾ, ਦੇਸੀ ਕਿੱਕਰ ਵੀ ਲਾ ਦਿੰਦੇ ਆ, ਉਹ ਵੈਸੇ ਤਾਂ ਚਲੋ ਇੱਕ ਵਿਲਾਇਤੀ ਕਿੱਕਰ ਹੁੰਦੀ ਆ ਉਹਦੇ ਕਰਕੇ ਇਹਨੂੰ ਦੇਸੀ ਕਿੱਕਰ ਕਹਿ ਦਿੰਦਾ, ਪਰ ਬਬੂਲ ਕਰਕੇ ਇਹਦਾ ਜਿਹੜਾ ਨਾਂ ਹੈਗਾ ਉਹ ਆਪਣਾ ਸਾਰੇ ਜਿਹੜੇ ਇੰਡੀਆ ਦੇ ਵਿੱਚ ਬਬੂਲ ਕਰਕੇ ਉਹ ਆ, ਜਾਂ ਈਵਨ ਤੁਸੀਂ ਬਾਹਰ ਦੀਆਂ ਵੀ ਕੋਈ ਤੁਸੀਂ ਗੋਰਿਆਂ ਦਾ ਵੀ ਪੇਪਰ ਪੜ੍ਹੋ ਤਾਂ ਉੱਥੇ ਕੋਮਨ ਨੇਮ ਇਹਦਾ ਬਬੂਲ ਚੱਲਦਾ। ਇਹਦੀ ਬਈ ਆਪਾਂ ਗੱਲਾਂ ਕਰੀਏ ਤਾਂ ਕਿੱਕਰ 'ਤੇ ਬਹੁਤ ਕੁਛ ਹੈ, ਹੈ ਨਾ ਜੀ। ਸਭ ਤੋਂ ਪਹਿਲਾਂ ਮੈਂ ਦੇਖਿਆ ਵੀ ਤੁੱਕਿਆਂ ਬਾਰੇ ਗੱਲ ਕਰੀਏ, ਕਿਉਂ ਤੁੱਕਿਆਂ ਦਾ ਚਾਰ ਵੀ ਖਾਧਾ ਮੈਂ। ਮੇਰੀ ਮੈਂ ਜੋ ਫਸਟ ਟਾਈਮ ਲਿਖਣਾ ਸੀ ਨਾ ਕਿੱਕਰ 'ਤੇ, ਮੈਂ ਇੱਕ ਰੁੱਖ ਸੌ ਸੁੱਖ ਦੀ ਚੌਂਕੜੀ ਮਾਰ ਕੇ ਜ਼ਿਆਦਾ ਸਵਾਦ ਹੈ ਨਾ, ਇੱਕ ਰੁੱਖ ਸੌ ਸੁੱਖ ਦੀ ਲੜੀ ਲਿਖੀ ਹੈ ਨਾ ਅਜੀਤ ਦੇ ਵਿੱਚ ਸ਼ੁਰੂ ਕੀਤੀ ਸੀ ਹੈ ਨਾ, ਅਤੇ ਜਦੋਂ ਮੈਂ ਕਿੱਕਰ 'ਤੇ ਲਿਖਿਆ ਸੀ ਅਤੇ ਮੈਂ ਮੇਰਾ ਫੋਕ 'ਚ ਬਹੁਤ ਇੰਟਰਸਟ ਆ, ਜਦੋਂ ਕਿਤੇ ਕਈ ਵਾਰੀ ਨਹੀਂ ਯਾਦ ਆਉਂਦਾ ਜਾਂ ਕਿਤੇ ਕਈ ਚੀਜ਼ਾਂ ਹਰ ਚੀਜ਼ ਕਿਤਾਬ 'ਚ ਜਾਂ ਗੂਗਲ 'ਚ ਨਹੀਂ ਹੁੰਦੀ ਹੈ ਨਾ, ਫਿਰ ਮਾਤਾ ਨੂੰ ਪੁੱਛਿਆ ਮੈਂ ਹੈ ਨਾ, ਫਿਰ ਮਾਤਾ ਨੇ ਮੈਨੂੰ ਹਜੇ ਤੱਕ ਯਾਦ ਆ ਵੀ ਕਿੱਕਰ ਬਾਰੇ ਦੱਸਿਆ ਹੈ ਨਾ, ਵੀ ਜਿਹ 'ਚ ਤੁੱਕਿਆਂ ਦਾ ਜ਼ਿਕਰ ਆਉਂਦਾ ਜਿੱਥੋਂ ਤੁਸੀਂ ਤੁਹਾਡੀ ਗੱਲ ਸੀ ਹੈ ਨਾ, ਵੀ ਬੇਰੀਏ ਨਹੀਂ ਤੈਨੂੰ ਬੇਰ ਲੱਗਣਗੇ, ਕਿੱਕਰੇ ਨਹੀਂ ਤੈਨੂੰ ਤੁੱਕੇ, ਦੂਰ ਖੜਾ ਰਾਂਝਾ ਦੂਰ ਖੜਾ ਰਾਂਝਾ ਦੁੱਖ ਪੁੱਛੇ। ਸੋ ਇਹ ਜਿਹੜੇ ਤੁੱਕੇ ਇਹਨੂੰ ਲੱਗਦੇ ਆ ਹੈ ਨਾ, ਅਤੇ ਅੱਜ ਕੱਲ੍ਹ ਤਾਂ ਪੌੜੀ ਹੋ ਗਏ ਆ, ਹਰੇਕ ਚੀਜ਼ ਫਲੀ ਕਹਿਣਾ ਜਾਂ ਫਲੀ ਹੋ ਗਈ, ਉਹ ਹੁਣ ਇਹ ਕਿੰਨਾ ਘੈਂਟ ਸ਼ਬਦ ਹੈ ਨਾ, ਤੁੱਕੇ ਉਦੋਂ ਹੀ ਸਮਝ ਆ ਜਾਂਦੀ ਹੈ ਵੀ ਹਾਂ ਕਿੱਕਰ ਦੇ ਤੁੱਕਿਆਂ ਦੀ ਗੱਲ ਚੱਲਦੀ ਆ। ਤੁੱਕਿਆਂ ਦਾ ਜਿਹੜਾ ਅਚਾਰ ਆ ਉਹ ਮਾਲਵੇ ਦੇ ਪੱਕਾ ਜਿਹੜਾ ਬੰਦਾ ਅਸਲ ਰਿਹਾ ਹੈ ਨਾ ਪਿੰਡਾਂ ਦੇ ਵਿੱਚ, ਉਹਨੇ ਤੁੱਕਿਆਂ ਦਾ ਅਚਾਰ ਖਾਧਾ ਹੁੰਦਾ, ਬਿਲਕੁਲ। ਔਰ ਤੁੱਕਿਆਂ ਦਾ ਅਚਾਰ ਬੜਾ ਗੁਣਕਾਰੀ ਵੀ ਆ, ਛੇਤੀ ਖਰਾਬ ਨਹੀਂ ਹੁੰਦਾ ਜੇ ਸਹੀ ਤਰੀਕੇ ਨਾਲ ਪਾਇਆ ਜਾਵੇ, ਔਰ ਸਾਡੀ ਸਿਹਤ ਲਈ ਵੀ ਬੜਾ ਉਹ ਆ। ਅਤੇ ਜਦੋਂ ਇਹਦੇ ਤੁੱਕੇ ਸੁੱਕ ਜਾਂਦੇ ਆ ਫਿਰ ਇਹਦੇ ਵਿੱਚੋਂ ਬੀਜ ਨਿਕਲਦਾ, ਅਤੇ ਬੀਜ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਬੀਜ ਜਦੋਂ ਖਿੰਡਦਾ ਫਿਰ ਅੱਗੇ ਸੂਲਾਂ ਬਈ ਇਹਦੇ ਇਹਦੇ 'ਚ ਕਿੱਕਰ 'ਚ ਬੜਾ ਬੜਾ ਕੁਝ ਹੈ। ਪਰ ਹਾਂ ਇੱਕ ਇਹਦਾ ਇੱਕ ਇੱਕ ਚੀਜ਼ ਆ, ਹੁਣ ਤੁਸੀਂ ਜਿਵੇਂ ਤੁੱਕਿਆਂ ਤੋਂ ਸ਼ੁਰੂ ਕਰ ਲੈਣ, ਜਿਵੇਂ ਪਹਿਲਾਂ ਆਪਾਂ ਫੁੱਲਾਂ ਦੀ ਗੱਲ ਕੀਤੀ ਹੈ ਨਾ, ਤੁੱਕਿਆਂ ਦੀ ਗੱਲ ਕੀਤੀ, ਹੁਣ ਸੂਲਾਂ ਦੀ ਗੱਲ। ਇੱਕ ਤਾਂ ਇਹਦੇ ਵਿੱਚ ਨਾ ਜਦੋਂ ਵੀ ਤੁਸੀਂ ਕਿਤੇ ਪੁਰਾਣੀ ਜਿਵੇਂ ਇਹ ਪੁਰਾਣੀ ਕਿੱਕਰ ਹੋ ਗਈ ਹੈ ਨਾ, ਮਤਲਬ ਬਹੁਤ ਪੁਰਾਣੀ ਨਹੀਂ, ਮਤਲਬ ਚਲੋ ਪੁਰਾਣੀ ਹੈ, ਰੱਬ ਨੇ ਇੱਕ ਘੈਂਟ ਚੀਜ਼ ਬਣਾਈ ਹੈ। ਜੇ ਕਦੇ ਤੁਸੀਂ ਕਿੱਕਰ ਛੋਟੀ ਕਿੱਕਰ ਦੇਖੋ ਜਿਹੜੀ ਸਾਲ ਦੋ ਸਾਲ ਪੁਰਾਣੀ ਹੈ, ਤਾਂ ਉਹਦੇ ਜਿਹੜਾ ਤਣਾ ਹੈ ਨਾ ਥੱਲੇ ਪੂਰਾ ਕੰਡਿਆਂ ਨਾਲ ਭਰਿਆ ਹੋਊਗਾ, ਬਿਲਕੁਲ। ਉਹ ਇੱਕ ਰੱਬ ਨੇ ਸੈਲਫ ਮੈਕਾਨਿਜ਼ਮ ਡਿਵੈਲਪ ਕੀਤਾ ਹੋਇਆ ਵੀ ਥੱਲੇ ਕੰਡੇ ਹੋਣਗੇ ਤਾਂ ਛੇਤੀ ਦਰਖਤ ਨੂੰ ਕੋਈ ਛੇੜੀ ਛੇੜੂਗਾ ਨਹੀਂ। ਜਿਵੇਂ ਜਿਵੇਂ ਦਰਖਤ ਵਧੀ ਜਾਂਦਾ ਤਾਂ ਜਿਹੜੀਆਂ ਸੂਲਾਂ ਨਾ ਉੱਪਰ ਚਲੀਆਂ ਜਾਂਦੀਆਂ। ਅਤੇ ਉਹ ਜਿਵੇਂ ਮੈਂ ਇੱਕ ਵਾਰੀ ਪੜ੍ਹਿਆ ਕਿ ਆਜ਼ਾਦੀ ਤੋਂ ਵੀ ਪਹਿਲਾਂ ਦੀ ਗੱਲ ਆ, ਜਦੋਂ ਹਜੇ ਡਿਵੈਲਪਮੈਂਟ ਨਹੀਂ ਹੋਈ ਸੀ, ਹਰ ਚੀਜ਼ ਮੈਕਾਨਾਈਜ਼ ਨਹੀਂ ਹੋਈ ਸੀ, ਕਿ ਜਿਹੜੇ ਪੁਰਾਣੇ ਵੇਲਾਂ 'ਚ ਜਦੋਂ ਪੇਪਰ ਰੱਖੇ ਜਾਂਦੇ ਸੀ ਨਾ ਕਾਗਜ਼, ਤਾਂ ਜਿਹੜੇ ਹੁਣ ਤਾਂ ਉਹ ਪੇਪਰ ਪੈੱਨ ਆਉਂਦੇ ਆ ਸੂਲਾਂ ਤੋਂ, ਕਿਉਂਕਿ ਕਿੱਕਰ ਦੀਆਂ ਸੂਲਾਂ ਜਿਹੜੀਆਂ ਪੁਰਾਣੀ ਕਿੱਕਰ ਹੋ ਜਾਂਦੀ, ਸੂਲਾਂ ਐਡੀਆਂ ਐਡੀਆਂ ਹੋ ਜਾਂਦੀਆਂ, ਅਤੇ ਉਹਨੂੰ ਪੇਪਰ ਪੈੱਨ ਦਾ ਵੀ ਉਪਯੋਗ ਕਰ ਲੈਂਦੇ। ਅੱਛਾ, ਕੀ ਬਾਤ ਹੈ। ਔਰ ਸੂਲ ਜਦੋਂ ਇਹ ਜਿਹੜੇ ਜਿਹੜੇ ਲੋਕਾਂ ਦੇ ਪੈਰਾਂ 'ਚ ਚੁੱਭੀਆਂ ਹੋਈਆਂ ਨੇ ਉਹਨਾਂ ਨੂੰ ਪਤਾ ਜਦੋਂ ਸੂਲ ਚੁੱਭਦੀ ਆ ਬਾਅਦ ਜੰਗਲ ਫੇਰੀ ਕਰਾਈ ਦੀ ਜਾਂ ਕਿਵੇਂ, ਉਹ ਤੁਸੀਂ ਮੰਨੋਗੇ ਨੀ ਵੀ ਅਸੀਂ ਕਿਹੜਾ ਵੀ ਦੂਜੇ ਕਿਤੇ ਪਲਾਮਾ ਦੇ ਜਾਂ ਪਤਾ ਨੀ ਕਿਹੜੇ ਜੰਗਲਾਂ 'ਚ ਲੈ ਜਾਣਾ ਹੈ ਨਾ, ਐਮਾਜ਼ੋਨ ਦੇ ਜੰਗਲਾਂ 'ਚ ਜਾਣਾ, ਪੰਜਾਬ 'ਚ ਕਿਹੜੇ ਜੰਗਲਾਂ ਮਾੜਾ, ਮਤਲਬ ਇੱਕ ਪੋਕਟ ਜੀ ਹੁੰਦੀ ਆ, ਉਹ ਬੇਸਿਕਲੀ ਬੇਸਿਕ ਜਿਹੀਆਂ ਗੱਲਾਂ ਲੋਕਾਂ ਨੂੰ ਦੱਸ ਦਿੱਤੀਆਂ ਵੀ ਆਹ ਯਾਰ ਪਾਣੀ ਪੂਣੀ ਦਾ ਨਾਲ ਲਿਆ ਹੈ ਨਾ, ਕੋਈ ਆਖਣਗੇ ਵੀ ਹਾਂ ਉੱਥੇ ਸੱਪ ਤਾਂ ਨਹੀਂ ਲੜ ਜੂਗਾ, ਉੱਥੇ ਆਹ ਤਾਂ ਨਹੀਂ ਹੋ ਜੂਗਾ, ਕਿਹੜੇ ਸ਼ੂਜ਼ ਕਿਹੜੇ ਪਾਉਣੇ ਆ ਹੈ ਨਾ, ਐਂਟੀ ਕਿਹੜੇ ਐਂਟੀ ਇਨਸੈਕਟ ਐਂਟੀ ਹੈ ਨਾ, ਤਾਂ ਉਹ ਪਹਿਲਾਂ ਲੋਕ ਆਈ ਦਾ ਜੋੜੇ ਹੁੰਦੇ ਸੀਗੇ, ਧੌੜੀ ਦੀ ਜੁੱਤੀ ਪਾ ਕੇ ਤਰੇ ਤਰੇ ਫਿਰਦੇ ਨੇ, ਜੋ ਕਿਤੇ ਮਾੜਾ ਮੋਟਾ ਆਏ ਤਾਂ ਹੈ ਨਹੀਂ, ਤਾਂ ਉਹ ਜਦੋਂ ਉਹਦੇ ਪਤਾ ਲੱਗਦਾ ਸੀ ਜਦੋਂ ਸੂਲ ਚੁੱਭ ਜਾਂਦੀ, ਚੱਪਲਾਂ ਚੁੱਪਲਾਂ ਵੀ ਪਾਈਆਂ ਹੁੰਦੀਆਂ ਵਿਜਦੀ ਹੋ ਨਿਕਲ ਜਾਂਦੀ, ਉਹ ਸੂਲ ਤਿੱਖੀ ਬਹੁਤ ਹੁੰਦੀ ਸੀ, ਬਿਲਕੁਲ। ਅਤੇ ਉਹ ਸੂਲਾਂ ਤੋਂ ਹੋਰ ਵੀ ਬੜੇ ਬੜੇ ਲੋਕ ਜਿਹੜਾ ਆਪ ਉਹਦਾ ਜਿਹੜਾ ਤਿੱਖਾਪਣ ਹੈ ਨਾ, ਉਹ ਤਿੱਖੀ ਚੀਜ਼ ਆ ਹੈ ਨਾ, ਤਾਂ ਉਹਦਾ ਉਹਨਾਂ ਵੇਲਾਂ 'ਚ ਚੰਗਾ ਬਈ ਇਹੀ ਕਾਰਨ ਹੈ ਵੀ ਇਹਦੇ 'ਤੇ ਆਲਣੇ ਉਲਣੇ ਵੀ ਤਾਂਹੀਓ ਪਾਉਂਦੇ ਜਨੌਰ ਵੀ ਕੰਡਿਆਂ ਤੋਂ ਡਰਦੇ, ਜਿਹੜੇ ਜਿਹੜੇ ਪੰਛੀ ਹੁੰਦੇ ਆ ਨਾ, ਜਿਵੇਂ ਮੈਂ ਅਕਸਰ ਹੀ ਮੇਰੀ ਇਹ ਗੱਲ ਕਈ ਲੋਕਾਂ ਨੂੰ ਪਸੰਦ ਨਹੀਂ ਆਉਂਦੀ ਕਿ ਆਰਟੀਫਿਸ਼ੀਅਲ ਜਿਹੜੀ ਨੈਸਟਿੰਗ ਹੈ ਨਾ, ਜਿਹੜੀ ਅੱਜ ਕੱਲ੍ਹ ਰੁਝਾਨ ਚੱਲ ਰਿਹਾ ਬਹੁਤ, ਵੀ ਬੰਦਾ ਕਹਿੰਦਾ ਵੀ ਪਹਿਲਾਂ ਲੱਕੜ ਦਾ ਬਕਸਾ ਜਾਂ ਆਲਣਾ ਤਿਆਰ ਕਰੋ, ਫਿਰ ਉੱਤੇ ਲਿਖੋ ਸੇਵਾ ਕਰੇ ਡਾਕਟਰ ਬਲਵਿੰਦਰ ਸਿੰਘ ਲੱਖੇ ਵਾਲੀ, ਹੈ ਨਾ, ਵੀ ਫਿਰ ਉਹਦੇ ਆ ਵਿੱਚ ਆ ਕੇ ਘੁੱਗੀਆਂ ਗਿਟਾਰਾਂ ਰਹਿਣਗੀਆਂ, ਤਾਂ ਉਹ ਬੇਸਿਕਲੀ ਕੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਫਿਰ 200-300 ਜਿਹੜੀਆਂ ਪੰਛੀ ਦੀਆਂ ਪ੍ਰਜਾਤੀਆਂ ਦੇਖਣ ਨੂੰ ਮਿਲਦੀਆਂ ਨੇ ਹੈ ਨਾ, ਨੋਰਮਲੀ ਹੈ ਨਾ, ਹਾਲਾਂਕਿ ਜਦੋਂ ਗਿਣਤੀ ਵੱਧ ਜਾਂਦੀ ਹੈ ਜਦੋਂ ਜਿਹੜੇ ਸਾਡੇ ਪ੍ਰਵਾਸੀ ਪੰਛੀ ਹੈ ਨਾ, ਤਾਂ ਉਹ ਸਾਰਿਆਂ ਦੇ ਵਿੱਚੋਂ 5-7 ਕਿਸਮਾਂ ਨੇ ਜਿਹੜੀਆਂ
ਆਲ੍ਹਣਿਆਂ ਮਨੁੱਖੀ ਬਣਾਏ ਹੋਏ ਆਰਟੀਫਿਸ਼ੀਅਲ ਆਲ੍ਹਣਿਆਂ ਦੇ ਵਿੱਚ ਰਹਿੰਦੀਆਂ ਨੇ ਅਤੇ ਬਾਕੀ ਤਾਂ ਸਾਰੇ ਇੱਦਾਂ ਹੀ ਆਲ੍ਹਣੇ ਪਾਉਂਦੇ ਆ ਕਿਉਂਕਿ ਉਹਨਾਂ ਦੇ ਆਲ੍ਹਣੇ ਦਾ ਮਕਸਦ ਇਹ ਸਾਡੇ ਵਾਂਗੂ ਆਏ ਨਹੀਂ ਤਾਂ ਵੀ ਆਪਾਂ ਬੈੱਡ ਵਿਛਾ ਕੇ ਫਿਰ ਪੈਣਾ ਆਲ੍ਹਣੇ ਦੇ ਵਿੱਚ ਉਹਨਾਂ ਨੇ ਆਪਣੀ ਇੱਕ ਹਰੇਕ ਚੀਜ਼ ਨਾ ਹੈਬੀਟੈਟ ਹੁੰਦੀ ਆ ਉਹ ਤੁਸੀਂ ਕਦੇ ਦੇਖੋ ਕਾਂ ਦਾ ਆਲ੍ਹਣਾ ਘੁੱਗੀ ਦਾ ਆਲ੍ਹਣਾ ਬਿਜੜੇ ਦਾ ਆਲ੍ਹਣਾ ਇਹਨਾਂ ਦੀ ਜਿਹੜੀ ਇਹਨਾਂ ਦੀ ਆਪਣੀ ਪੰਛੀ ਦਾ ਬਿਹੇਵੀਅਰ ਆ ਆਪਣਾ ਇਹਨਾਂ ਦਾ ਜਿਹੜਾ ਜੀਵਨ ਜਾਚ ਆ ਉਹਦੇ ਮੁਤਾਬਕ ਹੀ ਤੁਹਾਨੂੰ ਆਲ੍ਹਣਾ ਦੇਖਣ ਨੂੰ ਮਿਲੂ ਆ ਔਰ ਇਹਨਾਂ ਨੇ ਆਪਦੇ ਜਿਹੜੇ ਵੋਟ ਹੁੰਦੇ ਆ ਪੰਛੀਆਂ ਦੇ ਅਤੇ ਜਾਂ ਇਹਨਾਂ ਦੇ ਜਿਹੜੇ ਆਂਡੇ ਆ ਉਹਨਾਂ ਨੂੰ ਬਚਾਉਣਾ ਹੁੰਦਾ ਬਿੱਲੀਆਂ ਤੋਂ ਕੁੱਤਿਆਂ ਤੋਂ ਬਿੱਲੀ ਤਾਂ ਵੀ ਚੜ੍ਹ ਜਾਂਦੀ ਦੱਸਦੇ ਹੈ ਨਾ ਅਤੇ ਜਾਂ ਮਤਲਬ ਪੰਛੀ ਵੱਡੇ ਕਾਂ ਵਰਗੇ ਉਹ ਫਿਰ ਕੰਡੇ ਉਹਨਾਂ ਦੀ ਹੈਲਪ ਕਰਦੇ ਆ ਇਸ ਕਰਕੇ ਉਹ ਕੰਡਿਆਂ ਵਾਲੇ ਜਿਵੇਂ ਕਰਾਉਂਦੇ ਦੇ ਵਿੱਚ ਬਹੁਤ ਪੰਛੀ ਰਹਿਣਾ ਪਸੰਦ ਕਰਦੇ ਆ ਜਾਂ ਆਲ੍ਹਣੇ ਪਾਉਣੇ ਪਸੰਦ ਕਰਦੇ ਕਿਉਂਕਿ ਉਹਦੇ 'ਚ ਵੀ ਕੰਡੇ ਹੁੰਦੇ ਆ ਜਿਹੜੀ ਦੇਸੀ ਬੇਰੀ ਮਲੇ ਬੇਰ ਹੁੰਦੇ ਸੀ ਉਹਨਾਂ 'ਚ ਪਸੰਦ ਕਰਦੇ ਆ ਕਿ ਉਹ ਬਚੇ ਰਹਿੰਦੇ ਆ ਬਈ ਸੱਕ ਦਾ ਕੀ ਫਾਇਦਾ ਇਹਦਾ ਸੱਕ ਦੇ ਵਿੱਚ ਜੇ ਵਿਗਿਆਨਕ ਵਾਲੀ ਅੱਖ ਤੋਂ ਦੇਖੀਏ ਐਣਕ ਲਾ ਕੇ ਦੇਖੀਏ ਤਾਂ ਇਹਦੇ ਵਿੱਚ ਟੈਨਨ ਹੁੰਦਾ ਹੈ ਨਾ ਉਹ ਰੰਗਾਈ ਦੇ ਵਿੱਚ ਖਾਸ ਤੌਰ 'ਤੇ ਪੁਰਾਣੇ ਵੇਲੇ 'ਚ ਹੁਣ ਅੱਜ ਕੱਲ੍ਹ ਤਾਂ ਸਾਰਾ ਕੁਛ ਆਰਟੀਫਿਸ਼ਲ ਹੋ ਗਿਆ ਹੈ ਨਾ ਚਮੜੀ ਦੀ ਰੰਗਾਈ ਲਈ ਇਹਦਾ ਸੱਕ ਬਹੁਤ ਯੂਜ਼ ਹੁੰਦਾ ਸੀ ਅੱਛਾ ਅਤੇ ਜਿਹੜੇ ਮਾਸ਼ਾਅੱਲਾ ਆਪਣੇ ਮਲਵਈ ਆ ਪੁਰਾਣੇ ਪੰਜਾਬੀ ਆ ਉਹ ਫਿਰ ਇਹਦੇ ਸੱਕ ਦਾ ਉਪਯੋਗ ਉਹਦੇ 'ਚ ਕਹੋ ਕਹਿੰਦੇ ਸੱਕ 'ਚੋਂ ਮਹਿਕ ਵੀ ਆਉਂਦੀ ਸੀ ਸ਼ੁੱਧੀ ਆ ਉਹ ਫਿਰ ਘਰ ਦੀ ਗੱਡੀ 'ਚ ਸੱਕ ਪਾਉਣਾ ਪਸੰਦ ਕਰਦੇ ਬਈ ਆਪਾਂ ਕਿੱਕਰ ਦਾ ਸੱਕ ਸੁੱਕ ਪਾ ਕੇ ਬਣਾਈਏ ਤਾਂ ਉਹ ਇਹਦਾ ਉਪਯੋਗ ਉਹਦੇ ਵਿੱਚ ਵੀ ਬਹੁਤ ਹੁੰਦਾ ਰਿਹਾ ਅਤੇ ਬਈ ਗੂੰਦ ਇਹਨੂੰ ਪਹਿਲੀ ਗੱਲ ਤਾਂ ਇਹਦੀ ਗੂੰਦ ਨੂੰ ਨਾ ਵੀ ਅਰਬੀ ਗੂੰਦ ਕਹਿੰਦੇ ਆ ਅੱਛਾ ਹੈ ਨਾ ਉਹ ਅਰਬੀ ਅਸਲ 'ਚ ਕੀ ਵੀ ਅਰਬ ਦੇਸ਼ ਤੋਂ ਆਇਆ ਹੋਇਆ ਹੈ ਜਿਵੇਂ ਤੁਹਾਨੂੰ ਦੱਸਿਆ ਨਾ ਵੀ ਸ਼ੁਰੂ 'ਚ ਆਪਾਂ ਗੱਲ ਕੀਤੀ ਸੀ ਵੀ ਅਰਬ ਦੇਸ਼ ਨੇ ਉਹਨਾਂ ਦੇ ਵਿੱਚ ਕਿੱਕਰ ਬਹੁਤ ਪਾਈ ਜਾਂਦੀ ਹੈ ਨਾ ਅਤੇ ਉਹ ਗੂੰਦ ਉਸੇ ਕਰਕੇ ਉਹਦੇ 'ਤੇ ਉਹੀ ਹੋ ਗਿਆ ਵੀ ਇਹ ਅਰਬੀ ਗੂੰਦ ਕਹਿ ਦਿੰਦੇ ਕਿੱਕਰ ਦੀ ਗੂੰਦ ਨੂੰ ਕਹਿ ਦਿੱਤਾ ਗਿਆ ਹੈ ਨਾ ਅਤੇ ਉਹ ਗੂੰਦ ਜਦੋਂ ਇਹਦੇ 'ਚੋਂ ਨਿਕਲਦੀ ਆ ਅਤੇ ਉਹਦੇ 'ਚੋਂ ਬੜੇ ਜਿਹੜੇ ਦਵਾਈਆਂ ਵਾਲੇ ਨੁਸਖੇ ਦੇ ਵਿੱਚ ਉਹਦਾ ਉਪਯੋਗ ਹੁੰਦਾ ਮਤਲਬ ਕਾਫ਼ੀ ਲੋਕ ਜਿਹੜੀ ਇਹਦੀ ਗੂੰਦ ਜਿਨ੍ਹਾਂ ਨੂੰ ਪਤਾ ਉਹਨੂੰ ਵੱਖ ਵੱਖ ਤਰੀਕਿਆਂ ਰਾਹੀਂ ਆਪਣੇ ਨੁਸਖਿਆਂ 'ਚ ਜਿਹੜੇ ਵੈਦ ਲੋਕ ਵਰਤਦੇ ਬਿਲਕੁਲ ਬਾਈ ਬਾਈ ਇਹਦਾ ਨਾ ਜਿਵੇਂ ਆਪਾਂ ਜੰਡੀ ਦੀ ਗੱਲ ਕਰ ਲਈਏ ਜੰਡ ਦੀ ਗੱਲ ਕਰ ਲਈਏ ਉਹਦਾ ਵੀ ਨੀਰਾ ਜਿਹੜਾ ਹੈਗਾ ਬੱਕਰੀਆਂ ਬੁੱਕਰੀਆਂ ਖਾਂਦੀਆਂ ਹੁੰਦੀਆਂ ਸੀ ਹੈ ਨਾ ਅਤੇ ਜਾਂ ਮੇਰਾ ਬਾਪੂ ਕਹਿੰਦਾ ਹੁੰਦਾ ਕਹਿੰਦਾ ਵੀ ਜਿਹੜਾ ਉੱਠ 'ਤੇ ਆਹ ਬੱਕਰੀ ਹੈ ਨਾ ਵੀ ਜਦੋਂ ਇਹ ਕੰਡਿਆਂ ਵਾਲੀ ਚੀਜ਼ ਖਾ ਲੈਂਦੇ ਆ ਤਾਂ ਉਹਨਾਂ ਦੇ ਕੰਡਿਆਂ ਦੇ ਘੁੰਡ ਮੁੜ ਜਾਂਦੇ ਆ ਵੀ ਇਹ ਖਾ ਸਕਦੇ ਆ ਹੈ ਨਾ ਉਹਨਾਂ ਲਈ ਵੀ ਬਹੁਤ ਕਮਾਲ ਹੈ ਜਿਹੜਾ ਜਦੋਂ ਪੁਰਾਣੇ ਵੇਲਿਆਂ 'ਚ ਸੂਕੇ ਪੈਂਦੇ ਸੀਗੇ ਹੈ ਨਾ ਕਾਲ ਪੈਂਦਾ ਸੀ ਹੈ ਨਾ ਤਾਂ ਉਦੋਂ ਜਿਹੜੇ ਜੰਡ ਹੋਏ ਕਿੱਕਰਾਂ ਹੋਈਆਂ ਇਹ ਆਸਰਾ ਬਣਦੇ ਹੁੰਦੇ ਸੀਗੇ ਔਰ ਜਿਵੇਂ ਖਾਸ ਤੌਰ 'ਤੇ ਚਾਰਾ ਖਤਮ ਹੋ ਜਾਂਦਾ ਸੀਗਾ ਅਤੇ ਚਾਰਾ ਚਾਰੇ ਦੇ ਲਈ ਖਾਸ ਕਰਕੇ ਨਾ ਬੱਕਰੀਆਂ ਦੇ ਲਈ ਜਿਹੜੇ ਇਹਦੇ ਈਵਨ ਜਿਹੜੇ ਤੁੱਕੇ ਆ ਨਾ ਬੱਕਰੀਆਂ ਦੇ ਵਿੱਚ ਅੱਜ ਕੱਲ੍ਹ ਤਾਂ ਬੱਕਰੀ ਦਾ ਦੁੱਧ ਜਦੋਂ ਬੰਦੇ ਨੂੰ ਉਹ ਹੁੰਦਾ ਡੇਂਗੂ ਹੁੰਦਾ ਉਹਦੇ ਪੀਂਦਾ ਹੈ ਨਾ ਪਹਿਲਾਂ ਤਾਂ ਰੂਟੀਨ 'ਚ ਪੀ ਲੈਂਦੇ ਸੀ ਲੋਕ ਹੈ ਨਾ ਅਤੇ ਹੁਣ ਤਾਂ ਅਗਲਾ ਕਹਿੰਦਾ ਖਾਰਾ ਜਿਹਾ ਦੁੱਧ ਆ ਕਿੱਥੋਂ ਪੀਣਾ ਹੈ ਨਾ ਅਤੇ ਉਹ ਬੱਕਰੀਆਂ ਦੇ ਵਿੱਚ ਦੁੱਧ ਵਧਾਉਣ ਦੇ ਲਈ ਖਾਸ ਤੌਰ 'ਤੇ ਉਹਨੂੰ ਤੁੱਕੇ ਖਵਾਏ ਜਾਂਦੇ ਸੀ ਅਤੇ ਔਰ ਖਾਦ ਖੁਰਾਕ ਤਾਂ ਹੈ ਹੀ ਆ ਵੀ ਜਦੋਂ ਸੁੱਕ ਜਾਂ ਜਦੋਂ ਅੱਤ ਕਿਹੜੀ ਬਰਸੀਮ ਅਤੇ ਕਿਹੜੇ ਹੋਰ ਚਾਰੇ ਹੁੰਦੇ ਸੀ ਪਹਿਲਾਂ ਆਹੀ ਹੁੰਦੇ ਛਾਂਗ ਕੇ ਪਾ ਦਿੰਦੇ ਸੀਗੇ ਹੁਣ ਵੀ ਜਿਹੜੇ ਪੁਰਾਣੇ ਆ ਜਿਹੜੀ ਆ ਤੁਹਾਨੂੰ ਮਿਲਣਗੇ ਅਤੇ ਉਹ ਕਿਤੇ ਚਾਰਾ ਖਰੀਦਦੇ ਥੋੜ੍ਹਾ ਉਹ ਢੰਗ ਹੀ ਹੁੰਦੀ ਆ ਜਿੱਥੇ ਕਿੱਕਰ ਦੇਖੀ ਉੱਥੇ ਛਾਂਗ ਦੇਣੀ ਹੈ ਅਤੇ ਬੜਾ ਵਧੀਆ ਚਾਰਾ ਉਹਨਾਂ ਲਈ ਊਠਾਂ ਲਈ ਵੀ ਤੁਸੀਂ ਰਾਜਸਥਾਨ ਨੂੰ ਤੁਸੀਂ ਬੀਕਾਨੇਰ ਨੂੰ ਜਾਂ ਜਿੱਧਰ ਵੀ ਇਸ ਏਰੀਏ 'ਚ ਕਿਤੇ ਵੀ ਡਰਾਈ ਏਰੀਏ 'ਚ ਜਾਂਦੇ ਹੋ ਤਾਂ ਉਹ ਅਕਸਰ ਹੀ ਜਦੋਂ ਉਹਨਾਂ ਨੇ ਕਿਤੇ ਆਰਾਮ ਕਰਨਾ ਹੁੰਦਾ ਅਤੇ ਉਹ ਉਹਦੀ ਰੱਸੀ ਢਿੱਲੀ ਜਿਹੀ ਛੱਡ ਕੇ ਉੱਥੇ ਬੰਨ ਦਿੰਦੇ ਆ ਕਿੱਕਰ ਨਾਲ ਬੰਨ ਦਿੰਦੇ ਆ ਅਤੇ ਉਹ ਜਿੰਨੀ ਦੇਰ 'ਚੋਂ ਜਨਾਬ ਹੋਰੀ ਚਾਹ ਚੂਹ ਦਾ ਲੁਤਫ ਲੈਂਦੇ ਆ ਉਹ ਕਿੱਕਰ ਛੱਡ ਜਾਂਦੇ ਬਈ ਇਹਦੀ ਫਿਰ ਕਿਉਂਕਿ ਲੱਕੜੇ ਦੀ ਵੀ ਬਹੁਤ ਕਮਾਲ ਹੈ ਇਹਦਾ ਜਿਹੜਾ ਲੱਕੜ ਸਾਡੇ ਜਿੰਨੇ ਪੁਰਾਣੇ ਖੇਤੀ ਸੰਦ ਆ ਪੁਰਾਣੇ ਕਹਿ ਲਓ ਜਾਂ ਜਿਹੜੇ ਵੀ ਖੇਤੀ ਸੰਦ ਆ ਹੁਣ ਅੱਜ ਕੱਲ੍ਹ ਤਾਂ ਖੇਤੀ ਸੰਦਾਂ ਦੇ ਵਿੱਚ ਵੀ ਪਲਾਸਟਿਕ ਆਉਣ ਲੱਗ ਗਈ ਜਾਣੀ ਕਿ ਉਹਦੇ ਮੁੱਠੇ ਮੱਠੇ ਬਹੁਤ ਚੇਂਜ ਹੋ ਗਏ ਆ ਅਤੇ ਸੰਦੂਕ ਹੋਇਆ ਆ ਪੁਰਾਣਾ ਹੈ ਨਾ ਅਤੇ ਵੇਲਿਆਂ ਦੇ ਵਿੱਚ ਜਾਂ ਹੋਰ ਘਰੇਲੂ ਵਰਤਣ ਵਾਲੀਆਂ ਚੀਜ਼ਾਂ ਅਲਮਾਰੀਆਂ ਅਲਮੂਰੀਆਂ ਮਤਲਬ ਇਹਦੀ ਲੱਕੜ ਕਿੱਕਰ ਦੀ ਲੱਕੜ ਵੀ ਮਤਲਬ ਟਾਹਲੀ ਜਿੰਨੀ ਨਹੀਂ ਹੁੰਦੀ ਸਟਰੋਂਗ ਜਿਵੇਂ ਟਾਹਲੀ ਅਸਲ 'ਚ ਜ਼ਿਆਦਾ ਸਮਾਂ ਲੈਂਦੀ ਹੈ 40-50 ਸਾਲ ਦੇ ਵਿੱਚ ਤਿਆਰ ਹੁੰਦੀ ਪ੍ਰੋਪਰ ਟਾਹਲੀ ਜਿਹੜੀ ਬਣੀ ਹੋਈ ਹੈ ਨਾ ਜਿਹਨੂੰ ਜਿਹਦੀ ਲੱਕੜ ਉਪਯੋਗ ਕਰ ਸਕਦੇ ਹਾਂ ਕਿੱਕਰ ਥੋੜ੍ਹੀ ਜਲਦੀ ਤਿਆਰ ਹੋ ਜਾਂਦੀ ਹੈ ਕਿਉਂਕਿ ਕਿੱਕਰ ਨੂੰ ਵੀ ਪਹਿਲਾਂ ਲੋਕ ਜਦੋਂ ਮੁਸ਼ਕਲ ਪੈਣ 'ਤੇ ਜਾਂ ਕਿਤੇ ਲੋੜ ਪੈਂਦੀ ਸੀ ਤਾਂ ਕਿੱਕਰ ਦੀ ਲੱਕੜ
ਵਰਤ ਲੈਂਦੇ ਸੀ, ਉਹ ਫਰਨੀਚਰ ਵੀ ਬਣਾ ਲੈਂਦੇ ਸੀਗੇ ਤੇ ਕਾਫੀ ਚੀਜ਼ਾਂ ਨੇ ਜਿਹੜੀਆਂ ਮਤਲਬ ਮਿਸਤਰੀ ਦਾ ਦਿਲ ਆਏ ਦੀ ਗੱਲ ਆ, ਉਹ ਕੋਈ ਕੁਛ ਵੀ ਚੀਜ਼ ਕੱਢ ਸਕਦਾ ਜੇ ਉਹਦਾ ਮਨ ਹੁੰਦਾ। ਬਈ ਇਹਦੇ ਚ ਕਾਲੇ ਰੰਗ ਨਾਲ ਕੀ ਸੰਬੰਧ ਹੈ? ਕਾਲੇ ਰੰਗ ਨਾਲ ਤਾਂ ਖਾਸੀ ਸੰਬੰਧ ਆ, ਮੁੰਡਾ ਉਹ ਕਹਿੰਦੇ ਨਾ ਰੋਹੀ ਦੀ ਕਿੱਕਰ ਤੋਂ ਕਾਲਾ, ਬਾਪੂ ਦੇ ਪਸੰਦ ਆ ਗਿਆ। ਹੁਣ ਦੇਖੋ ਫਿਰ ਉਹ ਫੋਕ ਦੇ ਵਿੱਚ ਪਛਾਣ ਜਾਣ ਵਾਲੀ ਹੈ ਨਾ, ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ, ਬਾਪੂ ਦੇ ਪਸੰਦ ਆ ਗਿਆ ਰੋਹੀ ਦੀ ਕਿੱਕਰ। ਹੁਣ ਇਹ ਜਿਹੜੇ ਜੰਡ ਕਰੀਰ ਕਿੱਕਰਾਂ ਹੈ ਨਾ, ਇਹ ਰੋਹੀ ਦੇ ਰੁੱਖ ਹੁੰਦੇ ਸੀ, ਖੁਸ਼ਕ ਹੁੰਦੇ ਸੀਗੇ, ਹੈ ਨਾ। ਤਾਂ ਉਹ ਖੁਸ਼ਕੀ ਦੇ ਵਿੱਚ ਫਿਰ ਜਿਹੜਾ ਇਹਨਾਂ ਦੇ ਵਿੱਚ ਜਿਹੜਾ ਕਾਲਾ ਰੰਗ ਆ ਨਾ ਉਹ ਵੱਧ ਵੱਧਦਾ, ਤਾਂ ਉਹ ਫਿਰ ਉਹਦੀ ਜਿਹੜੀ ਲੱਕੜ ਹੈਗੀ ਆ ਜਾਂ ਇਹਦਾ ਸੱਕ ਦਾ ਰੰਗ ਆ ਉਹ ਵੀ ਜਮ੍ਹਾਂ ਕਹਿ ਜਿਹੜੀ ਰੋਹੀ ਦੀ ਲੱਕੜ ਹੁੰਦੀ ਪੁਰਾਣੀ ਕਦੇ ਦੇਖੋ ਤੁਸੀਂ ਕਾਲੀ ਹੁੰਦੀ ਆ, ਤਾਂ ਉਹ ਇੱਕ ਤਾਂ ਇਹਦੇ ਸੱਕ ਤੋਂ ਵੀ ਸੱਕ ਤੋਂ ਟੈਂਡਨ ਨਿਕਲਦੀ ਆ, ਚਮੜਾ ਰੰਗਾਈ ਲਈ ਵਰਤਿਆ ਜਾਂਦਾ, ਉਹ ਵੀ ਰੰਗ ਦਾ ਸੰਬੰਧ ਹੋ ਗਿਆ। ਇੱਕ ਉਹ ਫਿਰ ਉਸੇ ਚੀਜ਼ ਨੂੰ ਫੋਕ 'ਚ ਆ ਗਿਆ ਵੀ ਉਹ ਜਿਨ੍ਹਾਂ ਨੂੰ ਵਿਚਾਰੀਆਂ ਨੂੰ ਆਪਣੇ ਕਾਲੇ ਟੱਕਰ ਜਾਂਦੇ ਸੀ ਉਹ ਫਿਰ ਬਾਪੂ ਨੂੰ ਇਹੀ ਮੇਰੇ ਮਾਰਦੇ ਸੀ, ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ ਬਾਪੂ ਦੇ ਪਸੰਦ ਆ ਗਿਆ। ਬਈ ਆਪਾਂ ਹਰੇਕ ਬੂਟੇ ਬਾਰੇ ਗੱਲ ਕਰਦੇ ਹਾਂ, ਜਦੋਂ ਹਰੇਕ ਰੁੱਖ ਬਾਰੇ ਗੱਲ ਕਰਦੇ ਹਾਂ ਉਹਦੇ 'ਚ ਕੋਈ ਨਾ ਕੋਈ ਨਾ ਗੁਣ ਹੁੰਦਾ ਹੈ ਨਾ। ਆਪਣੇ ਜਿਹੜੇ ਬਜ਼ੁਰਗ ਸੀ ਮੈਨੂੰ ਲੱਗਦਾ ਤਾਂ ਹੀ ਉਹ ਇਹਨਾਂ ਕੋਲ ਬੈਠ ਕੇ ਇਹਨਾਂ ਤੋਂ ਹੀ ਪੁੱਛ ਕੇ ਸਲਾਹ ਸਲੂ ਲੈ ਕੇ ਇਹਨਾਂ ਨੂੰ ਵਰਤ ਕੇ ਕੰਮ ਕਰੀ ਜਾਂਦੇ ਸੀ। ਖਾਸ ਤੌਰ 'ਤੇ ਜੇ ਤੁਸੀਂ ਬਬੂਲ ਦੀ ਗੱਲ ਕੀਤੀ ਹੈ ਤਾਂ ਇਹ ਮੈਨੂੰ ਲੱਗਦਾ ਕੋਈ ਪੇਸਟ ਵੀ ਆਉਂਦਾ ਹੁੰਦਾ ਸੀ ਹੈ ਨਾ, ਅਤੇ ਉਹ ਆਪਣੇ ਦਾਤਣ ਜ਼ਿਆਦਾਤਰ ਕਿੱਕਰ ਦੀ ਕਰਨਾ ਪਸੰਦ ਕਰਦੇ ਆ ਜਾਂ ਹੋਰ ਵੀ ਗੁਣ ਹੁੰਦੇ ਇਹਦੇ 'ਚ ਕਿੱਕਰ 'ਚ? ਪਹਿਲੀ ਗੱਲ ਤਾਂ ਜਿਹੜੀ ਤੁਸੀਂ ਬਬੂਲ ਪੇਸਟ ਦੀ ਗੱਲ ਕੀਤੀ ਆ ਉਹ ਉਸੇ ਤੋਂ ਹੀ ਉਹਨਾਂ ਨੇ ਚੱਕਿਆ, ਆਪਣਾ ਕਿੱਕਰ ਤੋਂ ਚੱਕਿਆ। ਦਾਤਣ ਵਾਲੇ ਜਿਹੜੇ ਹਾਲਾਂਕਿ ਬੜੇ ਦਰੱਖਤਾਂ ਦੀ ਜਿਹੜੀ ਦਾਤਣ ਆ ਉਹ ਲੋਕ ਕਰ ਲੈਂਦੇ ਆ ਹੈ ਨਾ, ਪਰ ਜਿਹੜੇ ਜਿਵੇਂ ਟੌਪ 'ਤੇ ਆਉਂਦੇ ਆ ਉਹਨਾਂ ਦੇ ਵਿੱਚ ਨਿੰਮ ਅਤੇ ਕਿੱਕਰ ਬਹੁਤ ਆਉਂਦੇ ਸੀ ਹੈ ਨਾ। ਮਤਲਬ ਖਾਸ ਕਰਕੇ ਮਾਲਵੇ ਦੇ ਵਿੱਚ ਮੇਰੇ ਬਾਪੂ ਜੀ ਮੈਨੂੰ ਯਾਦ ਆ ਕਿ ਉਹਨਾਂ ਦੇ ਪੱਕਾ ਹੀ ਕੀਸੇ 'ਚ ਨਾ ਚਾਕੂ ਹੁੰਦਾ ਸੀ ਬੜਾ ਸੋਹਣਾ, ਅਤੇ ਉਹਨਾਂ ਦਾ ਪੱਕਾ ਹੀ ਹੁੰਦਾ ਵੀ ਸਵੇਰੇ ਸਦਿਆਂ ਉੱਠ ਕੇ ਬਾਹਰ ਸੈਰ ਸੂਰ ਨੂੰ ਜਾਣਾ ਅਤੇ ਨਾਲੇ ਉਹਨਾਂ ਨੇ ਦਾਤਣਾਂ ਤੋੜਨੀਆਂ ਉਹ ਚਾਕੂ ਨਾਲ ਅਤੇ ਉਹਨਾਂ ਨੂੰ ਐਂ ਬਣਾ ਕੇ ਸੋਹਣੀਆਂ ਹੀ ਆ ਅਤੇ ਘਰੇ ਆ ਕੇ ਕੰਧੋਲੀ 'ਤੇ ਆਪਦੀ ਦਾਤਣ ਤਾਂ ਰਾਜ ਕਰਿਆ ਆਉਂਦੇ ਹੁੰਦੇ ਸੀ ਅਤੇ ਉੱਥੇ ਕੰਧੋਲੀ 'ਤੇ ਰੱਖ ਦਿੰਦੇ ਹੁੰਦੇ ਸੀ, ਜਿਹੜਾ ਮੇਰੇ ਵਰਗਾ ਜਦੋਂ ਉੱਠਿਆ ਵਿੱਚੋਂ ਉਹਦੇ 'ਚੋਂ ਇੱਕ ਦਾਤਣ ਚੱਕੀ ਅਤੇ ਉਹ ਕਰ ਲਈ। ਅਤੇ ਉਹ ਹੁਣ ਇਹ ਜਿਹੜੀ ਜਿਹੜਾ ਉਹ ਜਿਵੇਂ ਅੱਜ ਕੱਲ੍ਹ ਤਾਂ ਹੋ ਗਿਆ ਨਾ ਕਿਆ ਆਪਕੇ ਟੂਥਪੇਸਟ ਮੇਂ ਨਮਕ ਹੈ, ਹਰ ਚੀਜ਼ ਦਾ ਬਜ਼ਾਰੀਕਰਨ ਕਰਤਾ ਹੈ ਨਾ ਵੀ ਤੁਹਾਡੇ ਪੇਸਟ 'ਚ ਆਹ ਹੈਗਾ ਆਹ ਹੈਗਾ, ਦਾਤਣ ਕਰਦੇ ਆ ਕਿੱਕਰ ਦੀ ਜਾਂ ਨਿੰਮ ਦੀ ਹੈ ਨਾ, ਤੇ ਤੁਸੀਂ ਕਦੇ ਜਦੋਂ ਵੀ ਦਾਤਣ ਕਦੋਂ ਕੋਈ ਵੀ ਬੰਦਾ ਕਰਦਾ ਨਾ ਤੁਸੀਂ ਦੇਖਿਓ ਕਿ ਜਿਹੜੀਆਂ ਪੇਸਟ ਆ ਸਾਡੇ ਹੈ ਨਾ ਜ਼ਿਆਦਾਤਰ ਪੇਸਟ ਕੀ ਆ ਕਿ ਉਹੀ ਕੈਮੀਕਲ ਪਾਏ ਹੋਏ ਆ ਜਿਹੜੇ ਸਾਡੇ ਆਪ ਦੂਧ ਜਿਹੀ ਸਫੇਦੀ ਜਿਹੜੀ ਕੱਪੜਿਆਂ ਨੂੰ ਚਮਕਾਉਣ ਵਾਸਤੇ ਨਾ ਉਹੀ ਕਈ 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 ਕੰਪਨੀਆਂ ਤਾਂ ਉਹੀ ਚੀਜ਼ ਪਾ ਦਿੰਦੀਆਂ ਸੇਮ ਹੀ, ਕਿਉਂਕਿ ਬੰਦੇ ਲਾਉਂਦਾ ਆਹ ਬੜਾ ਘੈਂਟ ਆ ਝੱਗ ਬਹੁਤ ਬਣਦੀ ਹੈ। ਅਤੇ ਪਰ ਜਿਹੜੀ ਜਿਹੜੇ ਇਹ ਦਰੱਖਤਾਂ ਦੇ ਗੁਣ ਆ ਜੋ ਇਹਨਾਂ ਦੇ ਵਿੱਚ ਤੱਤ ਨੇ ਇਹ ਸਾਡੇ ਇਕੱਲੇ ਦੰਦ ਨਹੀਂ ਸਾਫ਼ ਕਰਦੇ, ਸਾਡੇ ਮਸੂੜੇ ਸਵੱਸਥ ਰਹਿੰਦੇ ਆ। ਜਿਹੜੇ ਮਸੂੜਿਆਂ ਦੀ ਪ੍ਰੋਬਲਮ ਜਿਹਨੂੰ ਹੁੰਦੀ ਆ ਉਹਨੂੰ ਪਤਾ ਵੀ ਉਹ ਜਿਵੇਂ ਉਹਦੇ 'ਚੋਂ ਬਲੱਡ ਨਿਕਲੀ ਜਾਂਦਾ ਹੈ ਖੂਨ ਹੀ ਆਈ ਜਾਂਦਾ, ਉਹਦੇ ਵਿੱਚ ਕੀੜਾ ਨਹੀਂ ਲੱਗਦਾ ਜਦੋਂ ਤੁਸੀਂ ਜਿਹੜੇ ਬੰਦੇ ਰੈਗੂਲਰਲੀ ਨਿੰਮ ਜਾਂ ਕਿੱਕਰ ਦੀ ਦਾਤਣ ਕਰਦੇ ਆ, ਕਿਉਂਕਿ ਉਹ ਉਹਨੇ ਨਾਲ ਦੀ ਨਾਲ ਹੋਰ ਚੀਜ਼ਾਂ ਵੀ ਸਾਫ਼ ਕਰ ਰਹੀਆਂ। ਈਵਨ ਤੁਸੀਂ ਜਿਹੜੀ ਓਰਲ ਹੈਲਥ ਕਹਿ ਦਿੰਦੇ ਅੰਗਰੇਜ਼ੀ 'ਚ ਵੀ ਮੂੰਹ ਦੇ ਮਸੂੜੇ ਹੋ ਗਏ ਦੰਦ ਹੋ ਗਏ ਕੀੜਾ ਕਰੇੜਾ ਲੱਗਣਾ ਹੋ ਗਿਆ, ਉਹਦੇ ਤਾਂ ਹੈ ਹੀ ਹੈ। ਈਵਨ ਜਦੋਂ ਤੁਸੀਂ ਦਾਤਣ ਕਰਕੇ ਹਟਦੇ ਹੋ ਤਾਂ 5-7 ਮਿੰਟ ਬਾਅਦ ਤੁਹਾਨੂੰ ਲੱਗਦਾ ਵੀ ਇੱਥੋਂ ਤੱਕ ਨਾ ਕੁਛ ਇੱਥੇ ਜੇ ਗਿਆ, ਮਤਲਬ ਤੁਹਾਡੀ ਜਿਹੜੀ ਪਾਚਨ ਪ੍ਰਣਾਲੀ 'ਚ ਵੀ ਇਹ ਰੋਲ ਪਲੇ ਕਰਦੇ ਆ। ਸੋ ਇਹ ਤਾਂ ਚਲੋ ਕਿੱਕਰ ਦੀ ਦਾਤਣ ਦੀ ਗੱਲ ਹੋ ਗਈ, ਔਰ ਕਿੱਕਰ ਦੀ ਜਿਵੇਂ ਆਪਾਂ ਪਹਿਲਾਂ ਗੂੰਦ ਦੀ ਗੱਲ ਕੀਤੀ ਸੀ, ਕਿੱਕਰ ਦੇ ਤੁੱਕੇ ਸੀ ਹੈ ਨਾ ਜਿਹੜੇ ਵੀ ਇਹਨਾਂ ਦੇ ਹੈਗੇ ਆ, ਜਾਂ ਸੱਕ ਹੈ ਇਹ ਤੋਂ ਚਮੜੀ ਦੇ ਰੋਗ TB ਹੋ ਗਿਆ ਹੈ ਨਾ, ਅਤੇ ਬੜੀਆਂ ਜਿਹੜੀਆਂ ਔਰਤਾਂ ਦੇ ਕਈ ਗੁਪਤ ਰੋਗ ਨੇ ਉਹ ਉਹਨਾਂ ਦੇ ਇਲਾਜ ਲਈ ਇਹ ਖਾਸੇ ਮਨੁੱਖ ਦੀ ਇਹਦੇ ਲਈ ਜਿਹੜਾ ਦਵਾਈਆਂ ਵਾਲਾ ਜਿਹੜਾ ਕੰਪੋਨੈਂਟ ਆ ਇਹ ਉਹ ਬਈ ਪੰਜੂਰੀ 'ਚ ਇਹੀ ਗੂੰਦ ਜੀ ਪੈਂਦੀ ਹੁੰਦੀ ਹੈ? ਗੂੰਦ ਨਹੀਂ, ਉਹ ਵੈਸੇ ਤਾਂ ਕਈ ਰੁੱਖਾਂ ਦੀ ਗੂੰਦ ਪੈਂਦੀ ਹੈ ਪੰਜੀਰੀ ਵਿੱਚ, ਉਹ ਬਟ ਉਹ ਜਿਹੜੇ ਪੁਰਾਣੇ ਸਾਡੇ ਲੋਕ ਸੀਗੇ ਉਹ ਸਮਝਦਾਰ ਸੀ, ਉਹਨਾਂ ਨੂੰ ਪਤਾ ਸੀ ਵੀ ਕਿਹੜੀ ਚੀਜ਼ ਨੂੰ ਕਿੱਥੇ ਵਰਤਣਾ ਚਾਹੀਦਾ, ਕਿਵੇਂ ਵਰਤਣਾ। ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ 'ਤੇ ਕਿਸੇ ਚੀਜ਼ ਨੂੰ ਦੱਸਣ ਤੋਂ ਵੀ ਡਰ ਲੱਗਦਾ, ਕਿਉਂਕਿ ਸਾਡੇ ਲੋਕ ਫਿਰ ਜਿਹੜੀ ਚੀਜ਼ ਸੁਣ ਲੈਂਦੇ ਕਈ ਵਾਰੀ ਉਹਦਾ ਉਪਯੋਗ ਬਹੁਤ ਜ਼ਿਆਦਾ ਕਰ ਲੈਂਦੇ। ਹਾਂ ਬਿਲਕੁਲ, ਉਹ ਫਿਰ ਜਦੋਂ ਮਤਲਬ ਅਕਸਰ ਹੀ ਅਸੀਂ ਮੇਰੇ ਜਿਹੜੇ ਵੀ ਇੱਕ ਦੋ ਸੱਜਣ ਅਸੀਂ ਇਸ ਫੀਲਡ 'ਚ ਕੰਮ ਕਰਦੇ ਵੀ ਦਵਾਈਆਂ ਵਾਲੇ ਗੁਣਾਂ 'ਤੇ ਨਾ ਝਿਜਕ ਜੇ ਕੇ ਬੋਲੀ ਦਾ, ਅਤੇ ਨਾਲ ਦੀ ਨਾਲ ਹੀ ਫਿਰ ਲੋਕਾਂ ਨੂੰ ਹੁੰਦਾ ਵੀ ਲੋਕਾਂ ਨੂੰ ਵੀ ਹਰੇਕ ਬੰਦਾ ਹੀ ਆ। ਹੁਣ ਮੰਨ ਲਓ ਮੈਨੂੰ ਕੋਈ ਸਮੱਸਿਆ
ਤਾਂ ਮੈਨੂੰ ਹੋਊਗਾ ਵੀ ਹਾਂ ਮੈਂ ਖਾ ਜਾ ਹਾਂ ਇਹ ਕਰ ਲਈ ਬਟ ਜਿਹੜੀ ਓਵਰ ਐਕਸੈਸ ਆਫ ਐਵਰੀਥਿੰਗ ਜਿਵੇਂ ਕਹਿੰਦੇ ਬੈਡ ਹੈ ਉਹ ਉਵੇਂ ਉਹ ਫਿਰ ਚੀਜ਼ ਖਰਾਬ ਵੀ ਕਰ ਜਾਂਦੀ ਹੈ ਇਹ ਸਾਨੂੰ ਕਿਸੇ ਮਾਹਰ ਨਾਲ ਸਲਾਹ ਜ਼ਰੂਰ ਕਰ ਲੈਣੀ ਚਾਹੀਦੀ ਹੈ ਬਾਈ ਮੈਂ ਇੱਕ ਗੱਲ ਹੋਰ ਮੈਨੂੰ ਗੱਲਾਂ ਕਰਦੇ ਚੇਤੇ ਆ ਬਟਾਲੀ 'ਤੇ ਵੀ ਗੱਲ ਕਰਨੀ ਸੀ ਇਹ ਵੀ ਸ਼ਹਿਦ ਬਹੁਤ ਵਧੀਆ ਬਣਦਾ ਕਿੱਕਰ ਦਾ ਹੈ ਨਾ ਜੇ ਮੱਖੀਆਂ ਆ ਕੇ ਬਹਿੰਦੀਆਂ ਅਤੇ ਉਹ ਕਮਾਲ ਦਾ ਸ਼ਹਿਦ ਹੁੰਦਾ ਇੱਕ ਤਾਂ ਮਤਲਬ ਮੈਂ ਅਕਸਰ ਉਦਾਹਰਣ ਦਿੰਦਾ ਹੁੰਦਾ ਵੀ ਕਦੇ ਤੁਹਾਨੂੰ ਜਿਹੜਾ ਬੰਦਾ ਸ਼ਹਿਦ ਦਾ ਕੰਮ ਕਰਦਾ ਮੱਖੀ ਪਾਲ ਕੇ ਕਹਿ ਦਿੰਦੇ ਉਹਨੂੰ ਹੈ ਨਾ ਉਹ ਵਿਚਾਰੇ ਨੂੰ ਨਾ ਮਾੜਾ ਜਿਹਾ ਕਿਤੇ ਛੇੜ ਕੇ ਦੇਖਿਓ ਉਹਦੇ ਅੰਦਰੋਂ ਦਰਦ ਸੁਣਿਓ ਦਰਦ ਕੀ ਹੈ ਕਿ ਜਿਹੜੇ ਉਹਨੇ ਬਕਸੇ ਰੱਖੇ ਆ ਹੈ ਨਾ ਉਹ ਬਕਸੇ ਲੈ ਕੇ ਕਦੇ ਤਾਂ ਉਹ ਵੀ ਜਿਹੜਾ ਵੱਡਾ ਮੱਖੀ ਪਾਲਗਾ ਪੰਜ ਦਸ ਵਾਲਾ ਤਾਂ ਜ਼ਿਆਦਾਤਰ ਲੋਕ ਨਹਿਰ ਦੇ ਕੰਢੇ ਰੱਖ ਰੁੱਖ ਦਿੰਦੇ ਹੈ ਨਾ ਖੇਤ 'ਚ ਵਿੱਚ ਰੱਖ ਦਿੰਦੇ ਆ ਜਿਹੜੇ ਜਿਹਦੇ ਕੋਈ 100-500 ਬਕਸ ਆ ਜਿਹੜਾ ਜਿਹੜਾ ਚੰਗਾ ਸੋਹਣਾ ਕੰਮ ਕਰਦਾ ਉਹ ਵਿਚਾਰੇ ਦੀ ਤਰਾਸਦੀ ਇਹ ਆ ਕਿ ਉਹ ਕਦੇ ਤਾਂ ਬਕਸੇ ਰਾਜਸਥਾਨ ਲੈ ਕੇ ਜਾਂਦਾ ਸੜੋ ਖੇਡਦੀ ਆ ਜਾਂ ਉੱਥੇ ਕਿਤੇ ਫਲੋ ਰੱਖਣਾ ਜਾਂ ਹਿਮਾਚਲ ਵਾਲੇ ਏਰੀਏ 'ਚ ਲੈ ਕੇ ਜਾਂਦਾ ਉਹ ਕਹਿੰਦੇ ਵੀ ਸਾਡੇ ਪੰਜਾਬ ਦੇ ਵਿੱਚ ਕਿਤੇ ਯਾਰ ਫਲੋਰਾ ਹੀ ਹੈ ਨਹੀਂ ਛੱਡਿਆ ਹੀ ਨਹੀਂ ਕਿਤੇ ਹੈ ਨਾ ਵੀ ਉਹ ਜਦੋਂ ਝੋਨਾ ਨਿਸਰਨ ਵਾਲਾ ਹੁੰਦਾ ਉਦੋਂ ਮੱਖੀ ਨੂੰ ਉਹਨਾਂ ਦਾ ਥੋੜ੍ਹਾ ਉਹ ਮਿਲ ਜਾਂਦਾ ਹੈ ਨਾ ਜਾਂ ਸਫੈਦਾ ਹੈਗਾ ਤੁਸੀਂ ਕਿੱਕਰ ਦੀ ਗੱਲ ਕੀਤੀ ਹੁਣ ਬਟ ਜਿਵੇਂ ਕਿੱਕਰਾਂ ਦੇ ਜਿਹੜੇ ਫੁੱਲ ਆ ਇਹਨਾਂ ਦੀ ਜਿਵੇਂ ਜੇ ਆਪਾਂ ਅੱਜ ਐਪੀਸੋਡ ਕਰ ਲਿਆ ਜੇ 15 ਦਿਨ ਨਗਾ ਦਿੰਦੇ ਹੋ ਗਿਆ ਸੀ ਕੰਮ ਅਗਲੇ ਸਾਲ 'ਤੇ ਚਲੀ ਜਾਣੀ ਸੀ ਗੱਲ ਤਾਂ ਉਹ ਹੁਣ ਪੁਰਾਣੇ ਵੇਲੇ 'ਚ ਜਿਹੜੇ ਜਿਹੜੀਆਂ ਮੱਖੀਆਂ ਹੁੰਦੀਆਂ ਸੀ ਉਹਨਾਂ ਨੇ ਜਿਵੇਂ ਜਿਹੜਾ ਮਲਟੀ ਫਲੋਰਾ ਕਹਿੰਦੇ ਆ ਇਹ ਮਲਟੀ ਫਲੋਰਾ ਕੀ ਹੈ ਕਿ ਵੀ ਉਹਦੇ ਵਿੱਚ ਮੱਖੀ ਨੂੰ ਕਿਹੜਾ ਯਾਰ ਕੋਈ ਸਿੱਖਿਆ ਦਿੱਤੀ ਹੈ ਵੀ ਉਹਨੇ ਕਿਹੜੇ ਫੁੱਲ 'ਤੇ ਬਹਿਣਾ ਉਹਦਾ ਜਿੱਥੋਂ ਨੈਕਟਰ ਮਿਲ ਗਿਆ ਉਹਨੇ ਜਿੱਥੋਂ ਉਹਨੂੰ ਰਸ ਮਿਲਿਆ ਉਹਨੇ ਉੱਥੇ ਚਲੇ ਜਾਣਾ ਅਤੇ ਉਹ ਆਏ ਇਕੱਠੀਆਂ ਕਰਦੀਆਂ ਰਹਿੰਦੀਆਂ ਸੀ ਹੁਣ ਅਨਫੋਰਚੂਨੇਟਲੀ ਉਹ ਮੱਖੀਆਂ ਨੂੰ ਫਲੋਰਾ ਜਿਹੜਾ ਹੈਗਾ ਉਹ ਮਿਲਦਾ ਨਹੀਂ ਆ ਕਿੱਥੇ ਬੈਠਣ ਉਹ ਤਾਂ ਉਹ ਇਸ ਕਰਕੇ ਆਪਾਂ ਆਹ ਇਹੋ ਜਿਹੇ ਕੰਮ ਛੇੜੇ ਹੋਏ ਆ ਵੀ ਚਲੋ ਸ਼ਾਇਦ ਭਲਾ ਹੋ ਜਾਏ ਹੈ ਨਾ ਬਚਤ ਰਹਿ ਜੇ ਸਹੀ ਗੱਲ ਆ ਬਾਈ ਫਿਰ ਅਖੀਰ ਦੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਹੜਾ ਕਿ ਆਪਾਂ ਮੁਕੰਮਲ ਕਰੀਏ ਕਿੱਕਰ ਦੀ ਜਿਹੜੀ ਗੱਲਬਾਤ ਹੈ ਕਿੱਕਰ ਦੀ ਉਹ ਆ ਨਾ ਜਿਵੇਂ ਉਹ ਕਿੱਕਰਾਂ ਦੇ ਫੁੱਲਾਂ ਦੀ ਅੜਿਆ ਕੌਣ ਕਰੇਂਦਾ ਰਾਖੀ ਜਿਹੜੀ ਮੈਂ ਗੱਲ ਕਿ ਹੁਣ ਮੁੱਲਾ ਰਾਖੀ ਕਰਨੀ ਪੈਣੀ ਹੈ ਹਾਂ ਬਿਲਕੁਲ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਕਿਉਂਕਿ ਅਸੀਂ ਰੁੱਖਾਂ ਤੋਂ ਜੇ ਰੁੱਖ ਹੈ ਤਾਂ ਮਨੁੱਖ ਹੈ ਔਰ ਖਾਸ ਕਰਕੇ ਕਿਸੇ ਵੀ ਖੇਤਰ ਦੇ ਕਿਸੇ ਵੀ ਸੂਬੇ ਦੇ ਜਿਹੜੇ ਵਿਰਾਸਤੀ ਰੁੱਖ ਹੁੰਦੇ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ ਇਹਨਾਂ ਦੀ ਜਿਹੜੀ ਹੋਂਦ ਅਤੇ ਅਣਹੋਂਦ ਉਹ ਮਨੁੱਖ ਦੀ ਹੋਂਦ ਅਤੇ ਅਣਹੋਂਦ ਨਾਲ ਜੁੜੀ ਹੋਈ ਹੈ ਜਿਵੇਂ ਜਿਵੇਂ ਘਟਣਗੇ ਉਵੇਂ ਉਵੇਂ ਸਾਨੂੰ ਮੁਸ਼ਕਲਾਂ ਵਧਣਗੀਆਂ ਜਿਵੇਂ ਜਿਵੇਂ ਵਧਣਗੇ ਸਾਡਾ ਜੀਵਨ ਸੁਖਾਲਾ ਹੋਊਗਾ ਫਿਰ ਅਸੀਂ ਡਿਸਾਈਡ ਕਰਨਾ ਜ਼ਿੰਦਗੀ ਸੌਖੀ ਕੱਟਣੀ ਕਿ ਔਖੀ ਕੱਟਣੀ ਦੋਸਤੋ ਤੁਹਾਨੂੰ ਨਜ਼ਾਰਾ ਆਊਗਾ ਕਿੱਕਰ ਦੀਆਂ ਗੱਲਾਂ ਸੁਣ ਕੇ ਅਤੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਬਾਈ ਬਹੁਤ ਸਾਰੇ ਤਾਂ ਕਰਕੇ ਨਹੀਂ ਕਿੱਕਰ ਲਾਉਂਦੇ ਕਹਿੰਦੇ ਵੀ ਇਹਦੇ ਤਾਂ ਕੰਡੇ ਹੁੰਦੇ ਆ ਇਹ ਘਰੇ ਲਾਉਣ ਵਾਲੀ ਨਹੀਂ ਹੈਗੀ ਪਰ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਨੇ ਘਰੇ ਵੀ ਲਾਈਆਂ ਹੋਈਆਂ ਸੀ ਤੂੰ ਦੱਸਿਆ ਆਪਣੇ ਘਰੇ ਲੱਗੀ ਹੁੰਦੀ ਹੈ ਨਾ ਅਤੇ ਉਹਨਾਂ ਨੂੰ ਤਾਂ ਕੋਈ ਉਹ ਨਹੀਂ ਸੀ ਲੱਗਦਾ ਅਤੇ ਸਾਨੂੰ ਕਦੀ ਜਿਹੜੇ ਫੁੱਲ ਥੱਲੇ ਡਿੱਗਦੇ ਉਹ ਸੋਹਣੇ ਲੱਗਦੇ ਸੀ ਤਾਂ ਕਰਕੇ ਗੱਲਾਂ 'ਚ ਆਉਣ ਦੀ ਲੋੜ ਨਹੀਂ ਰੁੱਖ ਜਿੰਨੇ ਵੀ ਪੰਜਾਬ ਦੇ ਆ ਸਾਰੇ ਵਿਰਾਸਤੀ ਰੁੱਖ ਕਮਾਲ ਦੇ ਅਸੀਂ ਗੱਲਾਂ ਕਰਦੇ ਹਾਂ ਅਤੇ ਸੁਣ ਕੇ ਐਂ ਲੱਗਦਾ ਵੀ ਯਾਰ ਇੰਨੇ ਫਾਇਦੇਮੰਦ ਚੀਜ਼ਾਂ ਇਹ ਤਾਂ ਕਰਕੇ ਬਾਈ ਬਣ ਕੇ ਰੁੱਖ ਲਾਓ ਬੇਨਤੀ ਹੈ ਅਤੇ ਨਜ਼ਾਰੇ ਲਓ ਜੇ ਨਹੀਂ ਲਾ ਸਕਦੇ ਤਾਂ ਬਚਾ ਲਓ ਜਿੰਨੇ ਕੁ ਲੱਗੇ ਪਏ ਆ ਸਤਿ ਸ਼੍ਰੀ ਅਕਾਲ